ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਜੋੜਨ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਸੇ ਤਹਿਤ ਪਾਇਲ ਦੇ ਨੇੜਲੇ ਪਿੰਡ ਦਾਊ ਮਾਜਰਾ ਵਿਖੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਸ਼ਾਨਦਾਰ 19ਵਾਂ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਇਸ ਮੌਕੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ MLA ਲਖਵੀਰ ਸਿੰਘ ਲੱਖਾ ਨੇ ਕੀਤੀ। ਯੂਥ ਸਪੋਰਟਸ ਕਲੱਬ ਪਿੰਡ ਦਾਊ ਮਾਜਰਾ ਵੱਲੋਂ ਸਾਰੇ ਨਗਰ ਦੇ ਅਤੇ NRI ਵੀਰਾਂ ਦੇ ਸਹਿਯੋਗ ਦੇ ਨਾਲ 19ਵਾਂ ਸ਼ਾਨਦਾਰ ਖੇਡ ਮੇਲਾ ਜਿਹੜਾ ਅੱਜ ਕਰਵਾਇਆ ਜਾ ਰਿਹਾ। ਅੱਜ ਅੰਤਮ ਦਿਨ ਦੇ ਵਿੱਚ ਸਾਰੇ ਜਿਹੜੇ ਖਿਡਾਰੀ ਵੀਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ ਇੱਥੇ ਜਿਹੜੇ ਮੈਚ ਨੇ ਬੜੇ ਵਧੀਆ ਹੋਏ ਨੇ ਅਤੇ ਮੈਂ ਉਮੀਦ ਕਰਦਾ ਇਹੋ ਜਿਹੇ ਖੇਡ ਮੇਲਿਆਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਦੂਰ ਹੋਊਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੌਜਵਾਨ ਹੈ ਪੰਜਾਬ ਦਾ ਇਸ ਨਗਰ ਦਾ ਉਹ ਆਪਣਾ ਪੰਜਾਬ ਦਾ ਨਾਮ ਵੀ ਰੋਸ਼ਨ ਕਰੂਗਾ ਅਤੇ ਆਪਣੀ ਜਿਹੜੀ ਸਿਹਤ ਹੈ ਉਹ ਵੀ ਚੰਗੀ ਰੱਖਣ ਦੇ ਵਿੱਚ ਮਦਦ ਕਰਨਗੇ। ਇੱਦਾਂ ਦੇ ਖੇਡ ਮੇਲੇ ਹੋਣੇ ਚਾਹੀਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਡ ਮੇਲੇ ਨੂੰ ਅਸੀਂ ਹੋਰ ਬਿਹਤਰ ਬਣਾਵਾਂਗੇ। ਹਾਂਜੀ, ਜਿਹੜੇ ਪੈਲ ਹਲਕੇ ਦੇ ਵਿੱਚ ਟੂਰਨਾਮੈਂਟ ਹੋ ਰਹੇ ਨੇ ਉਹਦੇ ਵਿੱਚ ਸਾਡੇ ਨੌਜਵਾਨ MLA ਸਰਦਾਰ ਲਖਵੀਰ ਸਿੰਘ ਲੱਖਾ ਜੀ ਦਾ ਬਹੁਤ ਸਹਿਯੋਗ ਆ ਅਤੇ ਉਹਨਾਂ ਨੇ ਉਹ ਨੌਜਵਾਨਾਂ ਨੂੰ ਹਮੇਸ਼ਾ ਅੱਗੇ ਵਧਾਉਂਦੇ ਨੇ ਕਿ ਨਸ਼ੇ ਪੱਤੇ ਤੋਂ ਦੂਰ ਰਹਿਣ ਅਤੇ ਜਿਉਂ ਜਿਉਂ ਟੂਰਨਾਮੈਂਟ ਵਧੀਆ ਹੋਊਗਾ ਸਾਡੇ ਇਲਾਕੇ ਦੇ ਵਿੱਚ ਆਪ ਹੀ ਨੌਜਵਾਨ ਨਸ਼ੇ ਤੋਂ ਦੂਰ ਰਹਿਣਗੇ ਅਤੇ ਬਹੁਤ ਵਧੀਆ ਹੋਰ ਸਿੱਖਿਆ ਮਿਲਦੀ ਆ। ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।